ਤੁਰੀ ਜਾਂਦੀ ਗਰਮੀ ਸਿਆਲ ਆਈ ਜਾਂਦਾ ਹੈ। ਜਦੋਂ ਦੀ ਇਹ ਗੱਲ ਆ ਬਹੁਤ ਸੌਖੀ ਜੀ ਪੰਜਾਬੀ, ਤੁਰੀ ਜਾਂਦੀ ਗਰਮੀ ਸਿਆਲ ਆਈ ਜਾਂਦਾ ਏ, ਠਰੀ ਹੋਈ ਰੁੱਤ ਦਾ ਖਿਆਲ ਆਈ ਜਾਂਦਾ ਏ, ਸੋਹਣੀ ਸੋਹਣੀ ਠੰਡੀ ਠੰਡੀ ਲੱਗ ਰਹੀ ਬਿਰਛਾਂ ਦੀ ਛਾਂ ਏ, ਵਗਦਾ ਬਿਆਸ ਲਾਗੇ ਸੋਹਣੀ ਜਿਹੀ ਹਾਂ ਥਾਂ ਏ, ਭਈ ਸੋਹਣੀ ਜਿਹੀ ਥਾਵੇਂ ਇੱਕ ਵੱਸਦਾ ਗਰਾਂ ਏ, ਸੋਹਣਾ ਏ ਗਰਾਂ ਤੇ ਬਕਾਲਾ ਜਿਹਦਾ ਕਹਿਣਾ ਹੀ ਪੈਣਾ ਹੈ, ਬਕਾਲਾ ਜਿਹਦਾ ਨਾਂ ਏ, ਪਿੰਡ ਹੈ ਬਕਾਲਾ ਜਿਹਦਾ ਨਿੱਕਾ ਜਿੰਨਾ ਘੇਰਾ ਏ, ਪਿੰਡ ਵਿੱਚ ਕਿੰਨੇ ਸਾਰੇ ਸਾਧਾਂ ਲਾਇਆ ਹਾਂ, ਕਿੰਨੇ ਸਾਰੇ ਸਾਧਾਂ ਲਾਇਆ, ਡੇਰਾ ਏ ਅੱਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ, ਸਾਰਾ ਢਾਣਾ ਸਾਧੂਆਂ ਦਾ ਮਾਲਾ ਪਿਆ ਹਾਂ, ਥੋੜ੍ਹੀ ਥੋੜ੍ਹੀ ਵਿੱਥ ਉੱਤੇ ਉਹ ਮੰਜੀਆਂ ਵਿਛਾ ਕੇ ਬੈਠੇ ਨੇ ਗਧੇਲਿਆਂ ਦੇ ਨਾਲ ਢੋਆ ਹਾਂ, ਵੱਖੋ ਵੱਖ ਭੇਸ ਹਰ ਸਾਧ ਨੇ ਬਣਾਏ ਆ, ਪੈਰਾਂ ਤੀਕ ਨੀਵੇਂ ਝੱਗੇ ਸਾਰਿਆਂ ਨੇ ਹਾਂ, ਸਾਰੇ ਟਾਪ ਗੇਰ ਵਿੱਚ ਮਾਲਾ ਪਏ ਫੇਰਦੇ, ਸਾਰੇ ਟਾਪ ਗੇਰ ਵਿੱਚ ਮਾਲਾ ਪਏ ਫੇਰਦੇ, ਨਾਲੇ ਸ਼ਰਧਾਲੂਆਂ ਤੋਂ ਮਾਲ ਪਏ ਤੇਰਦੇ। ਇਹ ਜਿਹੜੇ ਸਾਧ ਆ ਨਾ, ਇਹ ਨਵੇਂ ਨਵੇਂ ਲੀੜੇ ਸੂਟ ਭਾਵੇਂ ਹਰ ਰੋਜ਼ ਪਾਉਂਦੇ ਆ, ਉੱਦਾਂ ਸਾਰੇ ਮੱਸਿਆ ਅਤੇ ਪੁੰਨਿਆ ਹੀ ਨਹਾਉਂਦੇ ਆ, ਨਵੇਂ ਨਵੇਂ ਸੂਟ ਭਾਵੇਂ ਹਰ ਰੋਜ਼ ਪਾਉਂਦੇ ਆ, ਉੱਦਾਂ ਸਾਰੇ ਮੱਸਿਆ ਅਤੇ ਪੁੰਨਿਆ ਹੀ ਨਹਾਉਂਦੇ ਆ, ਕਿਸੇ ਤੋਂ ਨਾ ਹੋਇਆ। ਭਈ ਇਸ ਗੱਲ ਦਾ ਨਿਬੇੜਾ ਏ ਕਿ ਇਹਨਾਂ ਬਾਹੀਆਂ ਸਾਧੂਆਂ 'ਚੋਂ ਨੌਵਾਂ ਗੁਰੂ ਕਿਹੜਾ ਏ, ਇਹਨਾਂ ਬਾਹੀਆਂ ਸਾਧੂਆਂ 'ਚੋਂ ਨੌਵਾਂ ਗੁਰੂ ਕਿਹੜਾ ਏ। ਇੱਕ ਦਿਨ ਪਿੰਡ ਵਿੱਚ ਰੌਲਾ ਜਿਹਾ ਪੈ ਗਿਆ, ਹਰ ਇੱਕ ਸਾਧ ਹੱਕਾ ਬੱਕਾ ਜਿਹਾ ਰਹਿ ਗਿਆ, ਉਹ ਵੇਖਦੇ ਕੀ ਆ ਵੀ ਟੌਰੀ ਜਿਹਾ ਬੰਦਾ ਇੱਕ ਪਿੰਡ ਵਿੱਚ ਆਇਆ ਏ, ਟੌਰ ਕੱਢਿਆ ਉਹਨੇ, ਟੌਰੀ ਜਿਹਾ ਬੰਦਾ ਇੱਕ ਪਿੰਡ ਵਿੱਚ ਆਇਆ ਏ, ਵੱਡਾ ਸਾਰਾ ਢਾਣਾ ਨਾਲ ਆਪਣੇ ਹਾਂ, ਵੱਖਰਾ ਹੀ ਜਾਪਦਾ ਏ, ਟੌਰ ਉਹਦੀ ਪੱਗ ਦਾ ਹੱਥ ਫੜੇ ਝੋਲੇ ਤੋਂ ਵਪਾਰੀ ਜਿਹਾ ਹਾਂ, ਵੱਖਰੀ ਨੁਹਾਰ ਉਹਦੀਆਂ ਵੱਖਰੀਆਂ ਹੀ ਤੋਰਾਂ ਨੇ ਗੁਥਲੀ 'ਚ ਪਾਈਆਂ ਉਹਨੇ ਸੋਨੇ ਦੀਆਂ ਹਾਂ, ਹੈਗਾ ਅਜਨਬੀ ਉਂਜ ਆਦਮੀ ਸਿਆਣਾ ਆ, ਹੈਗਾ ਅਜਨਬੀ ਉਂਜ ਆਦਮੀ ਸਿਆਣਾ ਏ। ਕਹਿੰਦੇ ਇਸ ਬੰਦੇ ਦੀ ਬਰਾਦਰੀ ਲੁਬਾਣਾ ਏ, ਕਹਿੰਦੇ ਇਸ ਬੰਦੇ ਦੀ ਬਰਾਦਰੀ ਲੁਬਾਣਾ ਏ, ਆਇਆ ਦੂਰੋਂ ਚੱਲ ਇਹਦਾ ਹੋਰ ਹੀ ਗਰਾਂ ਏ, ਇਹ ਲੂਣ ਦਾ ਵਪਾਰੀ ਏ ਤੇ ਮੱਖਣ ਸ਼ਾਹ ਨਾ ਏ, ਲੂਣ ਦਾ ਵਪਾਰੀ ਏ ਤੇ ਮੱਖਣ ਸ਼ਾਹ ਨਾ ਏ। ਗੁਰੂ ਦੇ ਦੀਦਾਰ ਲਈ ਮਨ ਉਹਦਾ ਲੁੱਛਦਾ, ਨੌਵਾਂ ਗੁਰੂ ਕਿਹੜਾ ਆ, ਨਿਆਣਿਆਂ ਤੋਂ ਪੁੱਛਦਾ ਨੌਵਾਂ ਗੁਰੂ ਕਿਹੜਾ ਆ, ਨਿਆਣਿਆਂ ਤੋਂ ਪੁੱਛਦਾ, ਪਿਆਰ ਵਿੱਚ ਫਿਰਦਾ ਦੀਵਾਨਾ ਏ, ਬਈ ਸ਼ਮਾਂ ਦੀ ਤਲਾਸ਼ 'ਚੋਂ ਹੈਰਾਨ ਪਰਵਾਨਾ, ਸ਼ਮਾਂ ਦੀ ਤਲਾਸ਼ 'ਚ ਡੌਰ ਭੌਰਾ ਫਿਰਦਾ, ਵੇਖਦਾ ਵੀ ਇਹ ਕੀ ਬਣਿਆ ਆ, ਡੌਰ ਭੌਰਾ ਫਿਰਦਾ ਪਿਆਰ 'ਚ ਦੀਵਾਨਾ ਏ, ਸ਼ਮਾਂ ਦੀ ਤਲਾਸ਼ 'ਚ ਹੈਰਾਨ ਪਰਵਾਨਾ ਏ। ਘੜਿਆਂ ਦੇ ਥੱਲੇ ਜਿੱਦਾਂ ਹੁਣ ਕੜਵੰਜੀਆਂ, ਹੁਣ ਨਹੀਂ ਕੋਈ ਰੱਖਦਾ, ਹੁਣ ਟੂਟੀ ਮਰੋਲ ਲੈਂਦੇ ਆ, ਸਾਡੇ ਵੇਲੇ 43-44 ਤੋਂ ਬਾਅਦ ਅਸੀਂ ਵੇਖਿਆ ਕੜਵੰਜੀਆਂ ਹੁੰਦੀਆਂ ਸੀ ਘੜਿਆਂ ਦੇ ਥੱਲੇ ਰੱਖੀਆਂ ਲੱਕੜੀ ਦੀਆਂ, ਘੜਿਆਂ ਦੇ ਥੱਲੇ ਜਿਵੇਂ ਹੁਣ ਕੜਵੰਜੀਆਂ ਵਿਹੜੇ ਵਿੱਚ ਡਿੱਠੀਆਂ ਨੇ 22-23, ਮੰਜੀਆਂ ਲਾਏ ਹੋਏ ਫੰਦੇ ਲੋਕ ਫਾਉਣ ਲਈ, ਫਰੇਬੀਆਂ ਦਿਨੇ ਰਾਤ ਖਾਂਦੇ ਲੱਡੂ ਪੇੜੇ ਤੇ, ਮਗਰ ਜਲੇਬੀਆਂ ਬੜੇ ਸਵਾਦ ਨਾਲ ਕਹਿੰਦੇ ਆ ਤਾਰੀ ਹੋਣੀ ਆ, ਦਿਨੇ ਰਾਤ ਖਾਂਦੇ ਲੱਡੂ ਪੇੜੇ ਤੇ ਜਲੇਬੀਆਂ, ਇਹ ਛਿਆਂ ਛਿਆਂ ਗਜਾਂ ਦੀਆਂ ਇਹਨਾਂ ਧੋਤੀਆਂ ਜੋ ਲਾਈਆਂ ਆ, ਜਿਹੜੀਆਂ ਪੈਰੀਂ ਉਹਨਾਂ ਤੇੜੀ ਧੋਤੀਆਂ ਲਾਈਆਂ ਨਕਲੀ ਸਾਧਾਂ ਨੇ, ਇਹ ਛਿਆਂ ਛਿਆਂ ਗਜਾਂ ਦੀਆਂ ਇਹਨਾਂ ਨੇ ਧੋਤੀਆਂ ਜੋ ਲਾਈਆਂ ਆ, ਮੋਇਆਂ ਮੁੱਲ ਲਈਆਂ, ਮੋਇਆਂ ਉੱਤੋਂ ਲਾਈਆਂ ਆ, ਮੋਇਆਂ ਉੱਤੋਂ ਲਾਈਆਂ ਆ। ਜ਼ਿੰਦਗੀ 'ਚ ਜਿਹਨੇ ਕਦੀ ਸਿੱਖਿਆ ਨਹੀਂ ਉੱਕਣਾ, ਸੋਚੀ ਜਾਂਦਾ ਕਿਹਨੂੰ ਮੈਂ ਚੜਾਵਾਂ ਅੱਜ ਸੁੱਖਣਾ, ਧੂੜ ਹੋਇਆ ਸਾਧਾਂ ਨਾਲ ਕਿੱਦਾਂ ਸਾਰਾ ਵਿਹੜਾ ਏ, ਕਿੱਦਾਂ ਲੱਭਾਂ ਇਹਨਾਂ ਵਿੱਚੋਂ ਨੌਵਾਂ ਗੁਰੂ ਕਿਹੜਾ ਏ। ਫਿਰ ਇੱਦਾਂ ਸੋਚਦਾ ਵੀ ਭੁਲੇਖਾ ਵੀ ਨਾ ਰਹੂਗਾ, ਸੁੱਖਣਾ ਦੀ ਭੇਟਾ ਆਪੇ ਗੁਰੂ ਮੰਗ ਲਊਗਾ, ਆਪੇ ਗੁਰੂ ਮੰਗ ਲਊਗਾ। ਹੁਣ ਉਹਨੇ ਇੱਕ ਸਕੀਮ ਬਣਾਈ, 5-5 ਮੋਹਰਾਂ ਹਰ ਸਾਧ ਨੂੰ ਚੜਾਉਂਦਾ ਏ। ਮੋਹਰ ਇੱਕ ਬੜੀ ਕੀਮਤੀ ਸ਼ੈ ਹੈ, ਸੋਨੇ ਦੇ ਰੁਪਈਏ ਨੂੰ ਉਦੋਂ ਮੋਹਰ ਕਹਿੰਦੇ ਹੁੰਦੇ ਸੀ, ਅਤੇ ਇੱਕ ਮੋਹਰ ਦੀ ਕੀਮਤ ਅੱਜ ਦੀ ਅਜੀਤ ਅਖਬਾਰ ਦੇ ਵਿੱਚ 29,200 ਰੁਪਈਆ ਆ,
ਤੇ ਪੰਜ ਪੰਜ ਮੋਹਰਾਂ ਹਰ ਸਾਧ ਨੂੰ ਚੜਾਉਂਦਾ ਏ। ਵੇਖੋ ਕਿਵੇਂ ਗੁਰੂ ਤਾਂ ਹੀ ਸਿੱਖ ਅਜ਼ਮਾਉਂਦਾ ਏ, ਸਿੱਖ ਤਾਂ ਗੁਰੂ ਨੂੰ ਅਜ਼ਮਾਉਂਦੇ ਰਹੇ। ਇਹ ਪਹਿਲਾ ਟਾਈਮ ਆ, ਪਹਿਲਾ ਚਾਂਸ ਆ ਕਿ ਇੱਕ ਸਿੱਖ ਗੁਰੂ ਨੂੰ ਅਜ਼ਮਾਉਣ ਲੱਗਾ। ਵੇਖੋ ਕਿਵੇਂ ਗੁਰੂ ਤਾਂ ਹੀ ਸਿੱਖ ਅਜ਼ਮਾਉਂਦਾ ਏ। ਹਰ ਇੱਕ ਸਾਧ ਆਖੇ ਬਾਕੀ ਹੇਰਾ ਫੇਰੀ ਆ, ਨੌਵਾਂ ਗੁਰੂ ਮੈਂ ਹੀ ਹਾਂ ਅਤੇ ਗੁਰੂ ਗੱਦੀ ਮੇਰੀ ਆ, ਨੌਵਾਂ ਗੁਰੂ ਮੈਂ ਹੀ ਹਾਂ ਅਤੇ ਗੁਰੂ ਗੱਦੀ ਮੇਰੀ ਆ। ਅਤੇ ਵਾਰੀ ਵਾਰੀ ਸਾਧੂਆਂ ਦਾ ਭੋਗ ਜਦੋਂ ਪੈ ਗਿਆ, ਪੁੱਛਦਾ ਆ ਸਾਧ ਕੋਈ ਹੋਰ ਤੇ ਨਹੀਂ ਹਾਂ ਰਹਿ ਗਿਆ, ਲਾਗੋਂ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ, ਭਾਊ ਉਸ ਕੋਠੇ ਵਿੱਚ ਇੱਕ ਹੋਰ ਵੀ ਹੈ ਵੱਸਦਾ। ਸਾਡੇ ਇਲਾਕੇ ਦਾ ਸ਼ਬਦ ਆ ਭਾਊ ਭਰਾ ਨੂੰ ਆਉਂਦੇ ਆ। ਲਾਗੋਂ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ, ਮੱਖਣ ਸ਼ਾਹ ਉਸ ਭੋਰੇ ਵਿੱਚ ਇੱਕ ਹੋਰ ਵੀ ਹੈ ਵੱਸਦਾ, ਪੰਜੀ ਛੱਬੀ ਸਾਲਾਂ ਤੋਂ ਉਹ ਅੰਦਰੇ ਹੀ ਰਹਿੰਦਾ ਏ। ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਹੈ, ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਹੈ। ਉਹ ਕਿਸੇ ਨਾਲ ਬੋਲਦਾ ਨਾ ਕਿਸੇ ਨਾਲ ਹੱਸਦਾ, ਦਿਲ ਵਾਲਾ ਭੇਤ ਵੀ ਉਹ ਕਿਸੇ ਨੂੰ ਨਹੀਂ ਦੱਸਦਾ। 26 ਸਾਲ ਹੋਏ ਆ ਸਮਾਧੀ ਉਸ ਲਾਈ ਏ, ਕਹਿੰਦੇ ਰੱਬੀ ਰੂਪ ਉਹਦਾ ਮੁਖੜਾ ਇਲਾਈ ਏ, ਕਹਿੰਦੇ ਰੱਬੀ ਰੂਪ ਉਹਦਾ ਮੁਖੜਾ ਇਲਾਈ ਏ। ਸੁਣ ਸੁਣ ਗੱਲਾਂ, ਗੱਲ ਸ਼ਾਹ ਨੇ ਵਿਚਾਰੀ ਏ, ਭੋਰੇ ਕੋਲ ਜਾ ਕੇ ਆਵਾਜ਼ ਉਹਨੇ ਮਾਰੀ ਏ, ਬੂਹਾ ਖੜਕਾਇਆ, ਨਾਲੇ ਹੌਲੀ ਹੌਲੀ ਬੋਲਿਆ। ਥੋੜੀ ਦੇਰ ਪਿੱਛੋਂ ਕੁੰਡਾ ਅੰਦਰੋਂ ਸੀ ਖੋਲਿਆ, ਉਹ ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ, ਮੂਸਾ ਤਾਂ ਹੀ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ। ਮਹਾਰਾਜ ਦੇ ਦਰਸ਼ਨ ਕੀਤੇ ਪਾਤਸ਼ਾਹ ਬੈਠੇ ਹਨ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ ਨਾ, ਜਿਲ੍ਹੇ ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ, ਮੂਸਾ ਤਾਂ ਹੀ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ, ਕਰ ਕਰ ਦੀਦ ਨਾਲੇ ਠਾਰਦਾ ਸੀ ਅੱਖੀਆਂ, ਪਹਿਲੋਂ ਹੀ ਵਾਂਗੂ ਹੀ ਪੰਜ ਮੋਹਰਾਂ ਚਰਨਾਂ 'ਤੇ ਰੱਖੀਆਂ। ਜਿੱਦਾਂ ਬਾਹਰ ਰੱਖ ਆਇਆ ਸੀ ਨਾ, ਉੱਦਾਂ ਹੀ ਅੰਦਰ ਆ ਕੇ ਮਹਾਰਾਜ ਦੇ ਚਰਨਾਂ 'ਤੇ ਪੰਜ ਮੋਹਰਾਂ ਰੱਖ ਦਿੱਤੀਆਂ। ਮਹਾਰਾਜ ਦੀ ਨਿਗਾਹ ਉੱਠੀ ਅੱਗੇ ਮੱਖਣ ਸ਼ਾਹ ਖੜ੍ਹਾ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕੀ ਕਹਿੰਦੇ ਨੇ ਮੱਖਣ ਸ਼ਾਹ ਨੂੰ, ਬੋਲੇ ਗੁਰੂ ਦੇਵ ਉਹ ਬੱਲੇ ਸ਼ਾਹ ਚੰਨ ਮੱਖਣਾ, ਵੇ ਕਿੰਨੀ ਦੇਰ ਹੋਰ ਤੂੰ ਉਧਾਰ ਸਾਡਾ ਰੱਖਣਾ, ਥੋੜਾ ਸੀ ਜੇ ਹੌਸਲਾ ਤੇ ਪਾਰ ਨਹੀਂ ਸੀ ਚੁੱਕਣਾ, ਵੇ ਸ਼ੇਖੀ ਵਿੱਚ ਆ ਕੇ ਕਾਨੂੰ ਸੁੱਖੀਆਂ ਸੀ ਸੁਖਣਾ, ਤੇ ਡੁੱਬਦਾ ਸੀ ਬੇੜਾ ਵੇ ਤੇਰਾ ਜਦੋਂ ਪਾਈ ਹਾਲ ਪਾਰਿਆ, ਚੰਨਾ ਤੇਰਾ ਦੁੱਖ ਵੇ ਸਾ ਤੋਂ ਗਿਆ ਨਾ ਸਹਾਰਿਆ। ਇੱਕ ਭਾਵਪੂਰਤ ਸ਼ੇਰ ਕਹਿਣ ਲੱਗਾ ਤਾਰੀ ਜੀ, ਮਹਾਰਾਜ ਕਹਿ ਰਹੇ ਆ ਮੱਖਣ ਸ਼ਾਹ ਨੂੰ, ਵੇ ਕਾਹਦਾ ਏ ਤੁਬਾਰ ਤੇਰੀ, ਕਿੱਦਾਂ ਦੀ ਜ਼ੁਬਾਨ ਏ ਮੋਢੇ ਉੱਤੇ ਹਾਲੀ, ਵੇ ਸਾਡੇ ਕਿਲ੍ਹਾਂ ਦੇ ਨਿਸ਼ਾਨ ਏ। ਸੁਣ ਸੁਣ ਸ਼ਾਦੀਆਂ ਵਸ ਪਈਆਂ ਅੱਖੀਆਂ, ਮੌਲ ਪਈਆਂ ਸਦਰਾਂ ਜੋ ਦਿਲ ਵਿੱਚ ਰੱਖੀਆਂ, ਤੇ ਮਿਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ, ਛਾਲ ਮਾਰੀ ਸ਼ਾਹ ਅਤੇ ਪੋਰੇ ਤੇ ਖਲੋ ਗਿਆ। ਪੋਰੇ ਤੇ ਖਲੋ ਕੇ ਉਹਨੇ ਕੀ ਕੀਤਾ, ਪੋਰੇ ਤੇ ਖਲੋ ਕੇ ਉਸ ਨਾਰਾਏ ਕੁਮਾਰਿਆ, ਅੱਜ ਸੱਚਾ ਗੁਰੂ ਲਾ ਦੋ ਗੁਰੂ ਲਾ ਦੋ ਰੇ ਪੁਕਾਰਿਆ। ਆਖਰੀ ਲਾਈਨ ਹੈ, ਪਿੰਡ ਚੋਂ ਪਖੰਡ ਵਾਲਾ ਨੇਰਾ ਦੂਰ ਹੋ ਗਿਆ, ਚੜ ਪਿਆ ਚੰਨ ਜਗ ਨੂਰ ਨੂਰ ਹੋ ਗਿਆ। ਆਖਰੀ ਲਾਈਨ ਹੈ, ਤੇ ਚਾਵਾਂ ਨਾਲ ਕੀਤਾ ਕਾਲੇ ਰਾਤ ਨੇ ਸ਼ਿੰਗਾਰ ਹੈ, ਚਮਨਦਿਆਂ ਫੁੱਲਾਂ ਉੱਤੇ ਆ ਗਈ ਬਹਾਰ ਹੈ, ਆ ਗਈ ਬਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗੀਓ, ਅਸੀਂ ਦੋ ਚਾਰ ਟਾਈਮ ਮਿੰਟ ਵੱਧ ਲੈ ਗਏ ਹਾਂ। ਕਈ ਵਾਰੀ ਗੁਰਬਾਣੀ ਫਰਮਾਉਂਦੀ ਆ ਕਿ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹੈ ਉਹਨੇ ਠਾਹੇ ਕਹੀਦਾ। ਕਈ ਵਾਰੀ ਸਾਡੇ ਬੁਲਾਰਿਆਂ ਤੋਂ ਕੋਈ ਕਿਤੇ ਹਿਰਦੇ ਵਿਦਕ ਸ਼ਬਦ ਨਿਕਲ ਜਾਂਦਾ ਹੈ। ਮੈਂ ਆਪਣੇ ਕਵੀਆਂ ਵੱਲੋਂ ਆਪਣੇ ਵੱਲੋਂ ਮੁਆਫੀ ਦਾ ਖਾਸ ਤਗਾਰ ਹਾਂ। ਸਾਡੇ ਸੰਗਤ ਬਖਸ਼ਣਹਾਰ ਹੈ ਨਾ, ਕੋਈ ਵੀ ਇਹੋ ਜਿਹੀ ਭੁੱਲ ਨੂੰ ਫੌਰਨ ਬਖਸ਼ਣ ਦਾ ਇਹਨਾਂ ਨੂੰ ਆਦਤ ਆ, ਬਖਸ਼ ਦਿੰਦੇ ਹੁੰਦੇ ਆ। ਕੋਈ ਇਹੋ ਜਿਹਾ ਬੋਲ ਨਿਕਲਿਆ ਹੋਵੇ
ਤਾਂ ਮੈਂ ਸਾਰਿਆਂ ਵੱਲੋਂ ਮੁਆਫ਼ੀ ਦਾ ਖਾਸਤਕਾਰ ਹਾਂ, ਖਿਮਾ ਚਾਹੁੰਦਾ ਹਾਂ। ਆਪ ਜੀ ਨੇ ਕਿੰਨੀ ਬੜੀ ਮਾਇਆ ਨਾਲ ਵੀ ਸਾਨੂੰ ਨਿਵਾਜਿਆ ਹੈ, ਇਹ ਤਾਂ ਆਪ ਦੀ ਵਡੱਪਣ ਹੈ ਕਿ ਆਏ ਹੋਏ ਇਹਨਾਂ ਆਪਣੇ ਕਵੀਆਂ ਨੂੰ ਸਾਂਭਦੇ ਹੋ, ਇਹਨਾਂ ਦੀ ਹੌਸਲਾ ਅਫਜਾਈ ਕਰਦੇ ਹੋ। ਅਤੇ ਨਾਲੇ ਮਾਇਆ ਬੜੀ ਵਧੀਆ ਚੀਜ਼ ਆ, ਮਾਇਆ 'ਤੇ ਪੱਗ ਨੂੰ ਲੱਗ ਜਾਏ ਪੱਗ ਆਕੜ ਜਾਂਦੀ ਆ, ਅਤੇ ਬੰਦੇ ਨੂੰ ਲੱਗ ਜਾਏ ਬੰਦਾ ਵੀ ਆਕੜ ਹੀ ਜਾਂਦਾ, ਅਤੇ ਬਹੁਤਾ ਹੀ ਆਕੜ ਜਾਏ ਅਤੇ ਚਾਰ ਭਰਾ ਚੱਕ ਕੇ ਵੀ ਲੈ ਜਾਂਦੇ, ਇਹਨੂੰ ਲੈ ਜਾਓ ਇਹ ਹੁਣ ਆਕੜ ਗਿਆ। ਤੋ ਆਪਦੀ ਬੜੀ ਕਰਮ ਫਰਮਾਈ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਤੋਂ ਖਿਮਾ ਚਾਹੁੰਦਾ ਹਾਂ। ਫਿਰ ਐਤਵਾਰ ਆਉਣਾ, ਫਿਰ ਆਪ ਜੀ ਦੀ ਸੇਵਾ ਕਰਾਂਗੇ। ਰੋਜ਼ ਅਸੀਂ ਹੁੰਦੇ ਹਾਂ ਇੱਥੇ, ਗੁਰਦੁਆਰਾ ਹੈਗਾ ਵਾ, ਮੈਨੂੰ ਉਹਦਾ ਨਾਂ ਨਹੀਂ ਆਉਂਦਾ, ਉਟਾਹੂ, ਉੱਥੇ ਅਸੀਂ ਹੁੰਦੇ ਹਾਂ। ਤੋ ਜ਼ਰੂਰ ਦਰਸ਼ਨ ਦਿਆ ਕਰੋ, ਅਜੇ ਅਸੀਂ 7 ਦਿਨ ਉੱਥੇ ਰਹਿਣਾ, ਫਿਰ 1 ਦਿਨ ਆਪ ਜੀ ਦੇ ਚਰਨਾਂ 'ਚ ਮੁੜ ਕੇ ਆਉਣਾ ਹੈ। ਮੈਂ ਇਹਨਾਂ ਸ਼ਬਦਾਂ ਨਾਲ ਆਪ ਤੋਂ ਖਿਮਾ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।